ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਸਭ ਤੋਂ ਪਹਿਲੀ ਨਿਊਜ਼ ਆ ਗਈ ਦੀ ਹੈਡ ਔਨ ਜਨਰੇਸ਼ਨ ਟੈਕਨੋਲੋਜੀ ਬਾਰੇ, ਬਹੁਤ ਇੰਪੋਰਟੈਂਟ ਨਿਊਜ਼ ਹੈ। ਆਪਣੀ ਜਿਹੜੀ ਰੇਲਵੇ ਮਿਨਿਸਟਰੀ ਹੈ ਉਹ ਸਾਰੇ ਐਗਜ਼ਿਸਟਿੰਗ ਲਿੰਕ ਹੌਫਮੈਨ ਜਿਹੜੇ ਬੁਸ਼ ਕੋਚਿਸ ਨੇਗੇ ਆਪਣੇ ਰੇਲਵੇ ਦੇ, ਉਹਨਾਂ ਨੂੰ ਅਪਗ੍ਰੇਡ ਕਰ ਰਹੀ ਹੈ ਇਸ ਨਵੀਂ ਟੈਕਨੋਲੋਜੀ ਦੇ ਨਾਲ, ਜਿਹਦਾ ਨਾਮ ਹੈਗਾ ਹੈਡ ਔਨ ਜਨਰੇਸ਼ਨ ਟੈਕਨੋਲੋਜੀ। ਤੇ ਇਹਦੀ ਸਿਗਨੀਫਿਕੈਂਸ ਇਹ ਹੈ, ਹੁਣ ਤੋਂ ਆਪਣੀਆਂ ਜਿਹੜੀਆਂ ਇੰਡੀਆ ਦੀਆਂ ਟ੍ਰੇਨਸ ਨੇ, ਇੱਕ ਤਾਂ ਉਹ ਜ਼ਿਆਦਾ ਕੋਸਟ ਇਫੈਕਟਿਵ ਹੋਣਗੀਆਂ ਤੇ ਦੂਸਰਾ ਪੋਲਿਊਸ਼ਨ ਵੀ ਬਹੁਤ ਘੱਟ ਕ੍ਰੀਏਟ ਕਰਨਗੀਆਂ। ਹੁਣ ਆਪਾਂ ਸਮਝਦੇ ਹਾਂ ਜੀ ਇਹ ਟੈਕਨੋਲੋਜੀ ਹੈਗੀ ਕੀ ਹੈ, ਜਿਹਦਾ ਨਾਮ ਹੈਗਾ ਹੈਡ ਔਨ ਜਨਰੇਸ਼ਨ ਟੈਕਨੋਲੋਜੀ। ਦੇਖੋ ਆਪਣੇ ਇੰਡੀਆ ਦੇ ਵਿੱਚ ਕਈ ਲਗਜ਼ਰੀ ਟ੍ਰੇਨਸ ਨੇ, ਜਿਵੇਂ ਕਈ ਟ੍ਰੇਨਾਂ ਦੇ ਵਿੱਚ ਏਸੀ ਕੋਚਿਸ ਨੇ, ਜਾਂ ਉਹ ਕਈ ਟ੍ਰੇਨਾਂ ਦੇ ਵਿੱਚ ਇਲੈਕਟ੍ਰਿਸਿਟੀ ਤਾਂ ਸਾਰੀ ਟ੍ਰੇਨਾਂ ਦੇ ਵਿੱਚ ਹੁੰਦੀ ਹੈ, ਤੇ ਉਹਨਾਂ ਟ੍ਰੇਨ ਦਾ ਜਿਹੜਾ ਇਹ ਸਾਰਾ ਬਿਜਲੀ ਦਾ ਪ੍ਰਬੰਧ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਹੋਟਲ ਲੋਡ। ਹੋਟਲ ਲੋਡ ਦੇ ਵਿੱਚ ਕੀ ਆ ਗਿਆ, ਏਅਰ ਕੰਡੀਸ਼ਨਿੰਗ ਆ ਗਿਆ, ਤੁਹਾਡੇ ਪੱਖੇ ਹੋ ਗਏ, ਤੁਹਾਡੀਆਂ ਲਾਈਟਾਂ ਹੋ ਗਈਆਂ, ਇਹ ਸੁਵਿਧਾਵਾਂ ਆਪਣੀ ਟ੍ਰੇਨ ਦੇ ਵਿੱਚ ਹੁੰਦੀਆਂ ਨੇ। ਤੇ ਇਹ ਸਾਰੀ ਬਿਜਲੀ ਹੁਣ ਤੋਂ ਕਿੱਥੋਂ ਜਨਰੇਟ ਕੀਤੀ ਜਾਊਗੀ ਇਸ ਨਵੀਂ ਟੈਕਨੋਲੋਜੀ ਦੇ ਵਿੱਚ, ਜਿਹੜੀ ਟ੍ਰੇਨ ਦੇ ਉੱਪਰ ਬਿਜਲੀ ਦੀ ਲਾਈਨ ਕ੍ਰੋਸ ਕਰਦੀ ਹੈਗੀ, ਆਪਣੀ ਇਲੈਕਟ੍ਰਿਕ ਲਾਈਨ ਕ੍ਰੋਸ ਕਰਦੀ ਹੈ, ਉਹਦੇ ਤੋਂ ਆਪਾਂ ਬਿਜਲੀ ਲਵਾਂਗੇ ਤੇ ਇਹ ਸਾਰਾ ਟ੍ਰੇਨ ਦਾ ਜਿਹੜਾ ਹੋਟਲ ਲੋਡ ਹੁੰਦਾ ਇਹਨੂੰ ਆਪਾਂ ਚਲਾਵਾਂਗੇ। ਇਹਦੇ ਵਿੱਚ ਜਿਹੜੀ ਉੱਪਰ ਟ੍ਰੇਨ ਦੇ ਉੱਪਰ ਆਪਾਂ ਦੇਖਦੇ ਹਾਂ, ਜਦੋਂ ਟ੍ਰੇਨ ਦੇ ਉੱਪਰ 750 volt ਦੀ ਸਿੰਗਲ ਫੇਜ਼ ਦੀ ਜਿਹੜੀ ਤਾਰ ਜਾਂਦੀ ਹੁੰਦੀ ਹੈ, ਡੀ ਮਤਲਬ ਬਹੁਤ ਹੀ ਜ਼ਿਆਦਾ ਸਟਰੋਂਗ ਉਹ ਤਾਰ ਹੁੰਦੀ ਹੈਗੀ, ਠੀਕ ਹੈ, ਤੇ ਉੱਥੋਂ ਆਪਾਂ ਬਿਜਲੀ ਲਵਾਂਗੇ ਥਰੂ ਪੈਂਟੋਗ੍ਰਾਫ। ਹੁਣ ਇਹ ਪੈਂਟੋਗ੍ਰਾਫ ਕੀ ਹੁੰਦਾ, ਦੇਖੋ ਪੈਂਟੋਗ੍ਰਾਫ ਉਹ ਚੀਜ਼ ਹੁੰਦੀ ਹੈ ਆਪਾਂ ਅਕਸਰ ਆਪਣੇ ਟ੍ਰੇਨਾਂ ਦੇ ਵਿੱਚ ਦੇਖਦੇ ਹੁੰਦੇ ਆ, ਜਿਹੜੇ ਟ੍ਰੇਨ ਦੇ ਉੱਪਰ ਤਾਰ ਲੰਘ ਰਹੀ ਹੁੰਦੀ ਹੈ ਉਹ ਤਾਰ ਨੂੰ ਟ੍ਰੇਨ ਦੇ ਨਾਲ ਕਨੈਕਟ ਕਰਨ ਦੇ ਲਈ ਇੱਕ ਡਿਵਾਈਸ ਜਿਹਾ ਲੱਗਿਆ ਹੁੰਦਾ, ਉਹਨੂੰ ਪੈਂਟੋਗ੍ਰਾਫ ਕਹਿੰਦੇ ਨੇ। ਸੋ ਇਹ 750 volt ਦੀ ਜਿਹੜੀ ਸਪਲਾਈ ਹੈ ਇਹ ਸਪਲਾਈ ਲੈ ਕੇ ਟ੍ਰੇਨ ਦਾ ਜਿਹੜਾ ਹੋਟਲ ਲੋਡ ਹੈ ਇਹਨੂੰ ਚੱਕੂਗਾ, ਠੀਕ ਹੈ। ਇਹ ਸਾਰਾ ਏਅਰ ਕੰਡੀਸ਼ਨਿੰਗ, ਲਾਈਟ, ਪੱਖੇ, ਇਹ ਬਿਜਲੀ ਸਾਰੀ ਹੁਣ ਜਿਹੜੀ ਉੱਪਰ ਬਿਜਲੀ ਦੀ ਸਪਲਾਈ ਚੱਲ ਰਹੀ ਹੈ ਥਰੂ ਹਾਈ ਵੋਲਟੇਜ ਲਾਈਨ, ਉਹਦੇ ਤੋਂ ਆਪਾਂ ਲਵਾਂਗੇ ਤੇ ਇੱਕ ਟਰਾਂਸਫਾਰਮਰ ਹੋਊਗਾ ਜੀ, ਜਿਹੜਾ ਕਿ ਇਹ ਜਿਹੜੀ ਹਾਈ ਵੋਲਟੇਜ ਹੋਊਗਾ ਇਹਦੀ ਵੋਲਟੇਜ ਘਟਾ ਕੇ ਆਪਣੀ ਇਲੈਕਟ੍ਰਿਸਿਟੀ ਦੇ ਵਿੱਚ ਕਨਵਰਟ ਸਕੇ, ਕਿਉਂਕਿ ਜਿਹੜੀ ਇੰਨੀ ਜ਼ਿਆਦਾ ਹਾਈ ਵੋਲਟੇਜ ਹੈ ਇਹਦੇ ਉੱਪਰ ਨਾ ਤਾਂ ਆਪਣੇ ਏਸੀ ਚੱਲਣੇ ਨੇ, ਨਾ ਲਾਈਟਾਂ, ਨਾ ਪੱਖੇ, ਇਹ ਮੱਚ ਜਾਣਗੇ ਇੰਨੀ ਹਾਈ ਵੋਲਟੇਜ ਦੇ ਲਈ। ਸੋ ਤਾਂ ਕਰਕੇ ਟਰਾਂਸਫਾਰਮਰ ਵਰਤਿਆ ਜਾਂਦਾ ਜਿਹੜਾ ਕਿ ਵੋਲਟੇਜ ਨੂੰ ਸਟੈਪ ਡਾਊਨ ਕਰਦਾ, ਵੋਲਟੇਜ ਨੂੰ ਘਟਾਉਂਦਾ ਤੇ ਉਹਨੂੰ ਵਰਤਣ ਲਾਇਕ ਵਧਾਉਂਦਾ, ਠੀਕ ਹੈ। ਤੇ ਹੁਣ ਜਿਹੜੀ ਇਹ ਨਵੀਂ ਟੈਕਨੋਲੋਜੀ ਹੈ ਹੈਡ ਔਨ ਜਨਰੇਸ਼ਨ ਟੈਕਨੋਲੋਜੀ, ਇਹ ਪੁਰਾਣੀ ਜਿਹੜੀ ਆਪਣੀ ਚੱਲ ਰਹੀ ਹੈ ਮੌਜੂਦਾ ਟੈਕਨੋਲੋਜੀ ਐਂਡ ਔਨ ਜਨਰੇਸ਼ਨ ਟੈਕਨੋਲੋਜੀ ਜਾਂ ਸਿਸਟਮ, ਇਹਦੇ ਤੋਂ ਕਿਵੇਂ ਡਿਫਰੈਂਟ ਹੈ। ਦੇਖੋ ਜਿਹੜੀ ਇਹ ਐਂਡ ਔਨ ਜਨਰੇਸ਼ਨ ਸਿਸਟਮ ਹੈ ਇਹਦੇ ਵਿੱਚ ਟ੍ਰੇਨ ਦਾ ਜਿਹੜਾ ਹੋਟਲ ਲੋਡ ਹੁੰਦਾ, ਜਿਵੇਂ ਕਿ ਏਅਰ ਕੰਡੀਸ਼ਨਿੰਗ ਹੋ ਗਿਆ, ਆਪਣਾ ਹੋਰ ਲਾਈਟਾਂ, ਪੱਖੇ, ਇਹ ਸਾਰੀ ਬਿਜਲੀ ਹੈ ਜਿਹੜੀ ਇਹ ਕਿੱਥੋਂ ਆਉਂਦੀ ਹੈਗੀ, ਇਹਦੇ ਵਿੱਚ ਟ੍ਰੇਨ ਦੇ ਵਿੱਚ ਨਾ 2 ਡੀਜ਼ਲ ਜਨਰੇਟਰ ਲੱਗੇ ਹੁੰਦੇ ਨੇਗੇ, ਜਿਹੜੇ ਆਪਣੀ ਐਂਡ ਔਨ ਜਨਰੇਸ਼ਨ ਸਿਸਟਮ ਹੈ, ਤੇ ਇਹ 2 ਡੀਜ਼ਲ ਜਨਰੇਟਰ ਨੇ ਕਿ ਜਿਹੜੇ ਇਹ ਹੀ ਬਿਜਲੀ ਸਪਲਾਈ ਕਰਦੇ ਨੇ ਸਾਰੀ ਟ੍ਰੇਨ ਨੂੰ, ਤੇ ਇਹਦੇ ਹੁਣ ਡੀਜ਼ਲ ਜਨਰੇਟਰਾਂ ਕਰਕੇ ਜਿਹੜਾ ਪੋਲਿਊਸ਼ਨ ਹੁੰਦਾ ਉਹਦਾ ਲੈਵਲ ਕਾਫੀ ਜ਼ਿਆਦਾ ਹੈ। ਸੋ ਤਾਂ ਕਰਕੇ ਇਹ ਟੈਕਨੋਲੋਜੀ ਨੂੰ ਰਿਪਲੇਸ ਕੀਤਾ ਹੋਗਾ ਹੁਣ ਹੈਡ ਔਨ ਜਨਰੇਸ਼ਨ ਟੈਕਨੋਲੋਜੀ ਨਾਲ। ਇਹ ਫਰਕ ਹੁੰਦਾ ਜੀ ਇਹਨਾਂ ਦੋਵੇਂ ਟੈਕਨੋਲੋਜੀ ਦੇ। ਹੁਣ ਆਪਾਂ ਬੈਨੀਫਿਟ ਦੀ ਗੱਲ ਕਰਦੇ ਹਾਂ ਵੀ ਹੈਡ ਔਨ ਜਨਰੇਸ਼ਨ ਟੈਕਨੋਲੋਜੀ ਦੇ ਐਂਡ ਔਨ ਜਨਰੇਸ਼ਨ ਟੈਕਨੋਲੋਜੀ ਦੇ ਉੱਪਰ ਫਾਇਦੇ ਕੀ ਨੇ। ਸਭ ਤੋਂ ਪਹਿਲਾਂ ਹੁਣ ਜਿਹੜੀ ਨਵੀਂ ਟੈਕਨੀਕ ਦੇ ਅਕੋਰਡਿੰਗ ਆਪਣੇ ਜਿਹੜੀਆਂ ਟ੍ਰੇਨਾਂ ਹੋਣਗੀਆਂ ਉਹਨਾਂ ਦੇ ਵਿੱਚ ਡੀਜ਼ਲ ਜਨਰੇਟਰ ਦੀ ਰਿਕੁਆਇਰਮੈਂਟ ਨਹੀਂ ਹੋਣੀ, ਸਿਰਫ ਇੱਕ ਜਨਰੇਟਰ ਐਜ਼ ਅ ਐਮਰਜੈਂਸੀ ਪਰਪਸ ਲਗਾਇਆ ਜਾਊਗਾ, ਉਦਾਂ ਆਪਾਂ ਨੂੰ 2 ਐਡੇ ਵੱਡੇ ਡੀਜ਼ਲ ਜਨਰੇਟਰ ਲਾਉਣ ਦੀ ਲੋੜ ਨਹੀਂ। ਇਹਦੇ ਨਾਲ ਇੱਕ ਤਾਂ ਪੋਲਿਊਸ਼ਨ ਲੈਵਲ ਆਪਣਾ ਬਹੁਤ ਹੀ ਜ਼ਿਆਦਾ ਘਟੂਗਾ, ਉਸ ਤੋਂ ਇਲਾਵਾ ਡੀਜ਼ਲ ਜਨਰੇਟਰ ਦੀ ਜਗ੍ਹਾ ਹੁਣ ਉਹਨਾਂ ਦੀ ਜਗ੍ਹਾ ਲੋੜ ਪੈਣੀ ਨਹੀਂ, ਤਾਂ ਉਹ ਜਿਹੜੀ ਸਪੇਸ ਬਚ ਗਈ ਉੱਥੇ ਆਪਾਂ ਹੋਰ ਜ਼ਿਆਦਾ ਪੈਸੇਂਜਰ ਨੇ ਕਿ ਜਿਹੜੇ ਯਾਤਰੀ ਨੇ ਉਹਨਾਂ ਨੂੰ ਅਕੋਮੋਡੇਟ ਕਰ ਸਕਦੇ ਹਾਂ ਆਪਣੀ ਟ੍ਰੇਨ ਦੇ ਵਿੱਚ। ਉਸ ਤੋਂ ਇਲਾਵਾ ਕੋਸਟ ਸੇਵਿੰਗ ਤਾਂ ਇੱਥੋਂ ਹੋਊਗੀ ਕਿਉਂਕਿ ਆਪਾਂ ਵੱਧ ਪੈਸੇਂਜਰ ਹੁਣ ਅਕੋਮੋਡੇਟ ਕਰ ਸਕਦੇ ਹਾਂ। ਉਸ ਤੋਂ ਇਲਾਵਾ ਆਪਣੀ ਜਿਹੜੀ ਇੰਡੀਅਨ ਰੇਲਵੇ ਹੈਗੀ ਹਰ ਸਾਲ 1390 crore rupees ਬਚਾ ਸਕਦੀ ਹੈ ਇਹਨਾਂ ਨਵੀਂ ਇਸ ਨਵੀਂ ਟੈਕਨੋਲੋਜੀ ਦੇ ਨਾਲ। ਤੇ ਉਸ ਤੋਂ ਇਲਾਵਾ ਇਹਦੇ ਨਾਲ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਡਾਈਆਕਸਾਈਡ ਦਾ ਜਿਹੜਾ ਐਮਿਸ਼ਨ ਹੈਗਾ ਉਹਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾਊਗਾ, ਕਿਉਂਕਿ ਜਿਹੜੇ ਇਹ ਡੀਜ਼ਲ ਜਨਰੇਟਰ ਇਹ ਪੋਲਿਊਸ਼ਨ ਕੋਜ਼ ਕਰਦੇ ਨੇ ਇਹਨਾਂ ਦਾ ਲੈਵਲ ਬਹੁਤ ਜ਼ਿਆਦਾ ਹੈ। ਤੇ ਹੁਣ ਨਵੀਂ ਟੈਕਨੋਲੋਜੀ ਦੇ ਵਿੱਚ ਐਮਿਸ਼ਨ ਬਿਲਕੁਲ ਵੀ ਨਹੀਂ ਹੋਣੇ, ਕਿਉਂਕਿ ਆਪਾਂ ਸਾਰੀ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਟ੍ਰੇਨ ਦੇ ਉੱਪਰ ਜਿਹੜੀ ਹਾਈ ਵੋਲਟੇਜ ਲਾਈਨ ਕ੍ਰੋਸ ਕਰਦੀ ਹੈ ਉਹਦੇ ਤੋਂ ਆਪਾਂ ਸਪਲਾਈ ਲਵਾਂਗੇ, ਤੇ ਇਹਦੇ ਨਾਲ ਨੋਇਜ਼ ਪੋਲਿਊਸ਼ਨ ਇਹ ਸਾਰਾ ਕੁਝ ਤੇ ਏਅਰ ਪੋਲਿਊਸ਼ਨ ਇਹਦੇ ਉੱਪਰ ਕਾਫੀ ਹੱਦ ਤੱਕ ਨੱਥ ਪਾਈ ਜਾਊਗੀ। ਇਹ ਨੇ ਇਹਦੇ ਸਾਰੇ ਬੈਨੀਫਿਟਸ। ਹੁਣ ਆਪਾਂ ਲਿੰਕ ਹੌਫਮੈਨ ਬੁਸ਼ ਕੋਚਿਸ ਬਾਰੇ ਗੱਲ ਕਰਦੇ ਹਾਂ, ਬਹੁਤ ਇੰਪੋਰਟੈਂਟ ਨੇ, ਅਕਸਰ ਇਹਨਾਂ ਬਾਰੇ ਪੁੱਛਿਆ ਜਾਂਦਾ ਹੈ ਤੇ ਇਹ ਟਰਮ ਬਹੁਤ ਇੰਪੋਰਟੈਂਟ ਹੈ ਇਹਦੇ ਬਾਰੇ ਪੜ੍ਹਨਾ। ਤਾਂ ਬੇਸਿਕਲੀ ਆਪਣੇ ਇੰਡੀਆ ਦੇ ਜਿਹੜੇ ਪੈਸੇਂਜਰ ਟ੍ਰੇਨਸ ਨੇ ਉਹਨਾਂ ਦੇ ਇਹ ਕੋਚਿਸ ਨੇ। ਕੋਚਿਸ ਦਾ ਮਤਲਬ ਕੀ ਹੁੰਦਾ, ਜਿਹੜੇ ਰੇਲ ਗੱਡੀ ਦੇ ਡੱਬੇ ਹੁੰਦੇ ਨੇਗੇ ਸਿੱਧੇ ਆਸਾਨ ਭਾਸ਼ਾ ਦੇ ਵਿੱਚ ਉਹਨੂੰ ਕੋਚਿਸ ਕਿਹਾ ਜਾਂਦਾ।
ਤੇ ਇਹਨਾਂ ਨੂੰ ਬਣਾਇਆ ਗਿਆ ਸੀਗਾ ਲਿੰਕ ਹੋਫ ਐਂਡ ਬੁਸ਼, ਇਹ ਜਰਮਨੀ ਦੀ ਕੰਪਨੀ ਹੈਗੀ, ਇਹਨਾਂ ਨੇ ਇਹ ਕੋਚਿਸ ਬਣਾਏ ਸੀਗੇ, ਮਤਲਬ ਡੈਵਲਪ ਕੀਤੇ ਸੀ, ਤੇ ਬਾਅਦ ਦੇ ਵਿੱਚ ਇਹ ਸਾਰੇ ਕੋਚਿਸ ਆਪਣੇ ਇੰਡੀਆ ਦੇ ਵਿੱਚ ਬਣਾਏ ਜਾਣ ਲੱਗੇ। ਕਿਹੜੀ ਫੈਕਟਰੀ ਦੁਆਰਾ? ਜਿਹੜੀ ਆਪਣੀ ਕਪੂਰਥਲੇ ਵਿਖੇ ਰੇਲ ਕੋਚ ਫੈਕਟਰੀ ਹੈ ਉਹ ਇਹਨਾਂ ਕੋਚਿਸ ਨੂੰ ਬਣਾਉਂਦੀ ਹੈ ਥਰੂ ਟੈਕਨੋਲੋਜੀ ਟ੍ਰਾਂਸਫਰ। ਜਰਮਨੀ ਨੇ ਆਪਾਂ ਨੂੰ ਟੈਕਨੋਲੋਜੀ ਦਿੱਤੀ ਸੀਗੀ ਇਹਨਾਂ ਕੋਚਿਸ ਨੂੰ ਬਣਾਉਣ ਦੀ, ਤੇ ਆਪਾਂ ਇਹਨਾਂ ਕੋਚਿਸ ਨੂੰ ਹੁਣ ਕਪੂਰਥਲੇ ਵਾਲੀ ਜਿਹੜੀ ਰੇਲ ਕੋਚ ਫੈਕਟਰੀ ਆ ਉੱਥੇ ਬਣਾ ਰਹੇ ਹਾਂ। ਸੰਨ 2000 ਤੋਂ ਲਿੰਕ ਹੋਫਮੈਨ ਬੁਸ਼ ਕੋਚਿਸ ਨੇ ਜਿਹੜੇ ਆਪਣੇ ਇਹ ਆਪਣੇ ਇੰਡੀਆ ਦੇ ਵਿੱਚ ਵਰਤੋਂ ਦੇ ਵਿੱਚ ਹੈਗੇ ਨੇ, ਤੇ ਇਹ ਬ੍ਰੌਡ ਗੇਜ ਨੈਟਵਰਕ ਦੇ ਉੱਪਰ ਕੰਮ ਕਰਦੇ ਨੇ। ਹੁਣ ਰੇਲਵੇ ਦੇ ਜਿਹੜੇ ਰੇਲਵੇ ਦੀ ਲੀਹ ਹੁੰਦੀ ਆ ਉਹਦੇ ਕਈ ਤਰ੍ਹਾਂ ਦੇ ਗੇਜ ਹੁੰਦੇ ਨੇ, ਇੱਕ ਬ੍ਰੌਡ ਗੇਜ ਹੁੰਦਾ, ਇੱਕ ਮੀਡੀਅਮ ਗੇਜ ਹੁੰਦਾ ਤੇ ਇੱਕ ਨੈਰੋ ਗੇਜ ਹੁੰਦਾ। ਮੈਂ ਕੁਐਸਚਨ ਪੁੱਛਣਾ ਤੁਹਾਡੇ ਤੋਂ, ਜਿਹੜਾ ਇਹ ਬ੍ਰੌਡ ਗੇਜ ਹੁੰਦਾ ਹੈਗਾ ਇਹਦੀ ਲੈਂਥ ਕਿੰਨੀ ਹੁੰਦੀ ਹੈ, ਕਿੰਨੇ ਮੀਟਰ ਦੀ ਇਹਦੀ ਲੈਂਥ ਹੁੰਦੀ ਹੈ? ਕਮੈਂਟ ਬਾਕਸ ਦੇ ਵਿੱਚ ਲਿਖੋ, ਇਹ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ। ਤੇ ਜਿਹੜੇ ਇਹ ਲਿੰਕ ਹੋਫਮੈਨ ਬੁਸ਼ ਕੋਚਿਸ ਨੇਗੇ ਇਹ ਡਿਜ਼ਾਈਨ ਕੀਤੇ ਗਏ ਸੀ ਵੀ ਟ੍ਰੇਨ ਦੀ ਜਿਹੜੀ ਸਪੀਡ ਹੈ 160 ਕਿਲੋਮੀਟਰ ਤੱਕ ਹੋਵੇ ਉੱਥੇ ਤੱਕ ਇਹ ਕੰਮ, ਮਤਲਬ ਉਸ ਇੰਨੀ ਸਪੀਡ ਦੇ ਲਈ ਇਹ ਡਿਜ਼ਾਈਨ ਕੀਤੇ ਗਏ ਸੀ, ਤੇ ਇਹ 200 ਕਿਲੋਮੀਟਰ ਤੱਕ ਦੀ ਪਰ ਆਰ ਦੀ ਜਿਹੜੀ ਟ੍ਰੇਨ ਹੈਗੀ ਉਹ ਇੰਨੀ ਸਪੀਡ ਦੇ ਨਾਲ ਜਾ ਰਹੀ ਹੈ ਤਾਂ ਉੱਥੇ ਵੀ ਇਹਨਾਂ 'ਚ ਕੋਈ ਪ੍ਰੋਬਲਮ ਨਾ ਆਵੇ, ਇਹ ਤਾਂ ਕਰਕੇ ਸਾਰੇ ਕੋਚਿਸ ਡਿਜ਼ਾਈਨ ਕੀਤੇ ਗਏ ਸੀ। ਅਗਲੀ ਨਿਊਜ਼ ਆ ਗਈ ਨੋਨੀ ਫਿਨੋਲ ਦੇ ਬਾਰੇ। ਨਿਊਜ਼ ਕੀ ਹੈ? ਆਪਣੇ ਜਿਹੜੇ ਡਿਟਰਜੈਂਟ ਨੇਗੇ ਸਰਫ ਵਗੈਰਾ ਉਹਨਾਂ ਦੇ ਵਿੱਚ ਇਹ ਹਾਰਮਫੁਲ ਕੈਮੀਕਲ ਪਾਇਆ ਗਿਆ। ਇਸ ਕੈਮੀਕਲ ਬਾਰੇ ਗੱਲ ਕਰਦੇ ਹਾਂ ਤਾਂ ਇਹ ਬਹੁਤ ਹੀ ਜ਼ਿਆਦਾ ਟੌਕਸਿਕ ਤੇ ਹਾਰਮਫੁਲ ਕੈਮੀਕਲ ਆ, ਆਪਣੇ ਡਿਟਰਜੈਂਟ ਦੇ ਵਿੱਚ ਪਾਇਆ ਜਾਂਦਾ। ਕਈ ਕੰਟਰੀ ਨੇ ਤਾਂ ਇਹਨਾਂ ਨੂੰ ਬੈਨ ਕੀਤਾ ਹੈ ਤੇ ਫੇਜ਼ ਆਊਟ ਕਰ ਰਹੀਆਂ ਨੇ ਕਈ ਕੰਟਰੀਜ਼, ਕਿਉਂਕਿ ਇਹ ਜਿਹੜਾ ਕੈਮੀਕਲ ਹੈਗਾ ਇਹ ਆਪਣੀ ਹੈਲਥ ਤੇ ਜਿਹੜਾ ਆਪਣਾ ਐਕੁਐਟਿਕ ਆਰਗੈਨਿਜ਼ਮ ਨੇਗੇ ਇਹਨਾਂ ਦੋਵਾਂ ਦੇ ਲਈ ਕਾਫੀ ਜ਼ਿਆਦਾ ਹਾਨੀਕਾਰਕ ਹੈ। ਹੋਰ ਕੁਝ ਗੱਲਾਂ ਪੜ੍ਹਦੇ ਹਾਂ ਇਸ ਕੈਮੀਕਲ ਬਾਰੇ, ਤਾਂ ਇਹ ਇੱਕ ਬਾਇਓ ਅਕਮੂਲੇਟਡ ਕੈਮੀਕਲ ਹੈ। ਦੇਖੋ ਬਾਇਓ ਅਕਮੂਲੇਸ਼ਨ ਤੇ ਬਾਇਓ ਮੈਗਨੀਫਿਕੇਸ਼ਨ ਦੇ ਵਿੱਚ ਕੀ ਫਰਕ ਹੁੰਦਾ ਇੱਥੇ ਸਮਝਦਾ, ਇਨਵਾਇਰਮੈਂਟ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੋਪਿਕ ਹੈਗਾ। ਦੇਖੋ ਬਾਇਓ ਅਕੋਮੂਲੇਸ਼ਨ ਦਾ ਮਤਲਬ ਇਹ ਹੁੰਦਾ, ਕੋਈ ਫਰਜ਼ ਕਰੋ ਕੋਈ ਵੀ ਤੁਸੀਂ ਜਾਨਵਰ ਲਾ ਲਓ, ਮੱਛੀ ਲਾ ਲਓ, ਠੀਕ ਹੈ, ਕੋਈ ਫਿਸ਼ ਲਾ ਲਓ, ਇੱਕ ਫਿਸ਼ ਕੋਈ ਵੀ ਟੌਕਸਿਕ ਕੈਮੀਕਲ ਨੂੰ ਕੰਜ਼ਿਊਮ ਕਰ ਲੈਂਦੀ ਹੈ, ਤੇ ਉਹ ਜਿਹੜਾ ਟੌਕਸਿਕ ਕੈਮੀਕਲ ਉਹਨੇ ਕੰਜ਼ਿਊਮ ਕਰ ਲਿਆ ਉਹ ਟਾਈਮ ਟੂ ਟਾਈਮ ਉਹਦੀ ਕੰਸੈਂਟਰੇਸ਼ਨ ਉਸ ਫਿਸ਼ ਦੇ ਸਰੀਰ ਦੇ ਵਿੱਚ ਵੱਧਦੀ ਜਾਊਗੀ, ਕਿਉਂਕਿ ਟੌਕਸਿਕ ਕੈਮੀਕਲ ਉਸ ਫਿਸ਼ ਦੇ ਸਰੀਰ ਦੇ ਵਿੱਚ ਕਾਫੀ ਸਮੇਂ ਤੱਕ ਰਹਿ ਰਿਹਾ। ਸੋ ਉਹਦੇ ਕਰਕੇ ਜਿਹੜੀ ਹੁੰਦੀ ਆ ਉਹਨੂੰ ਕਹਿੰਦੇ ਨੇ ਜੀ ਬਾਇਓ ਅਕੋਮੂਲੇਸ਼ਨ। ਬਾਇਓ ਮੈਗਨੀਫਿਕੇਸ਼ਨ ਕੀ ਹੁੰਦੀ ਹੈ? ਹੁਣ ਫਰਜ਼ ਕਰੋ ਕਿਸੇ ਮੱਛੀ ਨੇ ਕੋਈ ਟੌਕਸਿਕ ਕੈਮੀਕਲ ਖਾ ਲਿਆ ਜੀ, ਹੁਣ ਏਦਾਂ ਦੀਆਂ 5-7 ਮੱਛੀਆਂ ਨੇ ਹੋਰ ਉਹ ਟੌਕਸਿਕ ਕੈਮੀਕਲ ਖਾ ਲਿਆ ਤੇ ਉਹਨਾਂ ਸਾਰਿਆਂ ਦੇ ਸਰੀਰ ਦੇ ਵਿੱਚ ਆ ਗਈ ਪੋਇਜ਼ਨ, ਤੇ ਹੁਣ ਉਹਨਾਂ ਸਾਰੇ 5-7 ਮੱਛੀਆਂ ਨੂੰ ਕਿਸੇ ਮਗਰਮੱਛ ਨੇ ਖਾ ਲਿਆ, ਤੇ ਹੁਣ ਉਹ ਜਿਹੜਾ ਸਾਰਾ ਟੌਕਸਿਕ ਲੈਵਲ ਸੀਗਾ ਇਹਨਾਂ ਸਾਰਿਆਂ 5-7 ਮੱਛੀਆਂ ਦਾ ਇਹ ਹੁਣ ਮਗਰਮੱਛ ਦੇ ਵਿੱਚ ਆ ਗਿਆ ਤੇ ਉਹਦੀ ਬਾਡੀ ਦੇ ਵਿੱਚ ਟੌਕਸਿਕ ਆ ਗਿਆ, ਹੁਣ ਮਗਰਮੱਛ ਦਾ ਸ਼ਿਕਾਰ ਕੋਈ ਹੋਰ ਕਰ ਲੈਂਦਾ ਤੇ ਏਦਾਂ ਕਰਦੇ ਕਰਦੇ ਜਿਹੜਾ ਟੌਕਸਿਕ ਸਪਰੈਡ ਹੁੰਦਾ ਜਾਂਦਾ ਉਹਨੂੰ ਕਹਿੰਦੇ ਨੇ ਜੀ ਬਾਇਓ ਕੰਸੈਂਟਰੇਸ਼ਨ। ਇਹ ਬਾਇਓ ਜਾਂ ਬਾਇਓ ਮੈਗਨੀਫਿਕੇਸ਼ਨ ਇਹ ਫਰਕ ਹੁੰਦਾ ਜੀ ਬਾਇਓ ਅਕਮੂਲੇਸ਼ਨ ਤੇ ਬਾਇਓ ਮੈਗਨੀਫਿਕੇਸ਼ਨ ਦੇ ਲਈ। ਹੁਣ ਜਿਹੜਾ ਇਹ ਨੋਨੀਫਿਨੋਲ ਕੈਮੀਕਲ ਹੈ ਇਹ ਇੱਕ ਹਾਰਮੋਨ ਡਿਸਰਪਟਰ ਹੈਗਾ, ਆਪਣੇ ਜਿਹੜੇ ਸਰੀਰ ਦੇ ਹਾਰਮੋਨਸ ਨੇ ਇਹਨਾਂ ਦੇ ਵਿੱਚ ਇਹ ਗੜਬੜ ਕ੍ਰੀਏਟ ਕਰ ਦਿੰਦਾ ਤੇ ਉਸ ਤੋਂ ਇਲਾਵਾ ਆਪਣੀ ਜਿਹੜੀ ਹੈਲਥ ਹੈਗਾ ਇਹਦੇ ਉੱਪਰ ਵੀ ਕਾਫੀ ਐਡਵਰਸ ਇਫੈਕਟ ਪੈਂਦੇ ਨੇ ਇਸ ਕੈਮੀਕਲ ਕਰਕੇ। ਉਸ ਤੋਂ ਇਲਾਵਾ ਇਹਦੇ ਨਾਲ ਬਰਨਿੰਗ ਸੈਂਸੇਸ਼ਨ, ਜਲਣ ਹੁੰਦੀ ਹੈ ਆਪਣੀ ਬਾਡੀ ਦੇ ਵਿੱਚ, ਆਪਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ, ਅਨਕੌਨਸ਼ੀਅਸਨੈਸ ਹੁੰਦੀ ਹੈ, ਇਰੀਟੇਸ਼ਨ ਹੁੰਦੀ ਹੈ, ਆਪਣੀ ਸਕਿਨ ਦੇ ਉੱਪਰ ਬਰਨ ਹੋਣ ਲੱਗ ਜਾਂਦੇ ਨੇ ਇਸ ਕੈਮੀਕਲ ਦੇ ਨਾਲ, ਤੇ ਜੇ ਆਪਣੀ ਸਰੀਰ ਦੇ ਵਿੱਚ ਇਹ ਚਲਾ ਜਾਵੇ ਤਾਂ ਇਹ ਡਾਇਰੀਆ ਕੌਜ਼ ਕਰ ਸਕਦਾ, ਐਬਡੋਮੀਨਲ ਪੇਨ ਕੌਜ਼ ਕਰ ਸਕਦਾ, ਗਲੇ ਦਾ ਦਰਦ ਦੁਖਣਾ, ਨੌਜ਼ੀਆ, ਇਹ ਸਾਰੇ ਕਾਰਨ ਬਣਦੇ ਨੇ ਬਿਮਾਰੀਆਂ ਇਹ ਕਰ ਸਕਦਾ ਇਹ ਕੈਮੀਕਲ, ਤੇ ਇਹ ਆਪਣੇ ਜਿਹੜੇ ਐਕੁਐਟਿਕ ਐਨੀਮਲਸ ਨੇ ਉਹਨਾਂ ਦੇ ਲਈ ਕਾਫੀ ਜ਼ਿਆਦਾ ਖਤਰਨਾਕ ਹੈ। ਤੇ ਇਹਨੂੰ ਜਿਹੜੀ ਆਪਣੀ ਟੈਕਸਟਾਈਲ ਇੰਡਸਟਰੀ ਹੈ ਉਹਦੇ ਵਿੱਚ ਵਰਤਿਆ ਜਾਂਦਾ ਐਜ਼ ਏ ਸਰਫੈਕਟੈਂਟ। ਸਰਫੈਕਟੈਂਟ ਦਾ ਭਾਵ ਇਹ ਹੁੰਦਾ ਉਹ ਕੈਮੀਕਲ ਜਿਹਨੂੰ ਕਿਸੇ ਵੀ ਆਪਾਂ ਲਿਕੁਇਡ ਦੇ ਵਿੱਚ ਪਾਈਏ ਤਾਂ ਉਹ ਉਹਦੀ ਸਰਫੇਸ ਟੈਂਸ਼ਨ ਨੂੰ ਘਟਾ ਦਿੰਦਾ, ਤਾਂ ਕਰਕੇ ਇਹਨੂੰ ਟੈਕਸਟਾਈਲ ਇੰਡਸਟਰੀ ਦੇ ਵਿੱਚ ਵਰਤਿਆ ਜਾਂਦਾ, ਬਟ ਇਹ ਕੈਮੀਕਲ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਜੇ ਆਪਾਂ ਰੈਗੂਲੇਸ਼ਨ ਦੀ ਗੱਲ ਕਰੀਏ ਤਾਂ ਦੇਖੋ ਜਿਹੜੇ ਵੀ ਫਿਨੋਲਿਕ ਕੰਪਾਊਂਡ ਨੇ ਆਪਣੇ ਇੰਡੀਆ ਦੇ ਵਿੱਚ ਉਹਨਾਂ ਦੀ ਇੱਕ ਪ੍ਰੋਪਰ ਰੈਗੂਲੇਸ਼ਨ, ਇੱਕ ਸਟੈਂਡਰਡ ਸੈੱਟ ਕੀਤਾ ਗਿਆ ਆਪਣੀ ਬਿਊਰੋ ਆਫ ਇੰਡੀਅਨ ਸਟੈਂਡਰਡ ਦੁਆਰਾ, ਵੀ ਜਿਹੜਾ ਡਰਿੰਕਿੰਗ ਵਾਟਰ ਹੈਗਾ ਆਪਣਾ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਫਿਨੋਲਿਕ ਕੰਪਾਊਂਡ ਦੀ ਜਿਹੜੀ ਕੰਸੈਂਟਰੇਸ਼ਨ ਹੈ ਉਹ 0.001 ਮਿਲੀਗ੍ਰਾਮ ਪਰ ਲੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਤੇ ਜਿਹੜਾ ਸਰਫੇਸ ਵਾਟਰ ਹੈ ਉਹਦੇ ਵਿੱਚ 5 ਮਿਲੀਗ੍ਰਾਮ ਪਰ ਲੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬਟ ਜਿਹੜਾ ਇਹ ਨੈਨੋ ਨੋਨੀ ਫਿਨੋਲ ਜਿਹੜਾ ਇਹ ਕੈਮੀਕਲ ਹੈਗਾ ਇਹਦੇ ਲਈ ਕੋਈ ਵੀ ਪ੍ਰੋਪਰ ਸਪੈਸੀਫਿਕ ਸਟੈਂਡਰਡ ਤਿਆਰ ਨਹੀਂ ਕੀਤੇ ਗਏ ਆਪਣੇ ਇੰਡੀਆ ਦੇ ਵਿੱਚ, ਨਾ ਹੀ ਡਰਿੰਕਿੰਗ ਵਾਟਰ ਦੇ ਲਈ ਤੇ ਨਾ ਹੀ ਸਰਫੇਸ ਵਾਟਰ ਦੇ ਲਈ। ਸੋ ਤਾਂ ਕਰਕੇ ਇਹ ਕੈਮੀਕਲ ਇੰਨਾ ਜ਼ਿਆਦਾ ਖਤਰਨਾਕ ਹੈ, ਇਹਨੂੰ ਜਲਦ ਤੋਂ ਜਲਦ ਰੈਗੂਲੇਟ ਕਰਨ ਦੀ ਲੋੜ ਹੈ। ਅਗਲੀ ਨਿਊਜ਼ ਆ ਗਈ ਸ਼ੋਧ ਸ਼ੁੱਧ ਕੀ ਚੀਜ਼ ਹੈ ਇਹ।
बेसिकली यह एक प्लैगरिज्म डिटेंशन सॉफ्टवेयर है जिन्हों डिजाइन किया अपनी यूनियन मिनिस्ट्री ऑफ ह्यूमन रिसोर्स डेवलपमेंट ने डिजाइन ही इन लॉन्च किया जी अपनी ह्यूमन रिसोर्स डेवलपमेंट HRD मिनिस्ट्री द्वारा यह सॉफ्टवेयर जोड़ा यह काम है इन इंप्लीमेंट कौन करेगा अपने इनफॉर्मेशन एंड लाइब्रेरी नैटवर्क के इंटर यूनिवर्सिटी सेंटर ऑफ यूनिवर्सिटी ग्रांट्स कमीशन। देखो यह सॉफ्टवेयर का काम है कि है यह समझना है पहला समझना है प्लैगरिज्म की होंगे। प्लैगरिज्म का मतलब होंगे जी कॉपी पेस्ट अपना किसी भी परसन के उदी रिसर्च होगी काम हो गए या आइडियाज़ को कॉपी करके अपना यह शो कर दिया भी यह काम साडा करे है उन्होंने कहते हैं जी प्लैगरिज्म। तो इस चीज़ को रोकने के लिए यह सॉफ्टवेयर डिजाइन किया गया यह उदों ही प्लैगरिज्म डिटेक्ट कर लूगा भी कि किसी दूजे फर्ज करो किसी अखबार के एडिटर का कोई होर कोई भी किसी का कोई होर साइंटिस्ट हैगा उसकी कोई रिसर्च वर्क है उन्होंने कॉपी पेस्ट करके यह दसता भी यह साडा काम किया है तो यह सारा कुछ डिटेक्ट किया होगा इस सॉफ्टवेयर के थ्रू। तो यदि सिग्निफिकेंस यह है अपनी जी रिसर्च क्वालिटी है वह इंप्रूव होगी तो जेडे ताकि जो ओरिजिनल आइडियाज ने गे लोगों के वह इंश्योर हो सकन भी वह ओरिजिनल लोगों द्वारा ही जनरेट किए गए हैं उन्होंने जो काम है उन्होंने तो वह खोया ना जा सके तो करके ये सॉफ्टवेयर डिजाइन किया गया। अगली न्यूज़ आ गई पूसा यशस्वी यह एक नवी कणक की वरायटी है जिन्हों अपना इंडियन एग्रीकल्चर रिसर्च इंस्टीट्यूट जिन्हों आप पूसा यूनिवर्सिटी कहने वो द्वारा डेवलप किया गया। तो यह जी नवी वरायटी है ये वीट जी अपनी कणक है वो यील्ड दे विच काफ़ी ज़्यादा इजाफा होगा यह सरकार का कहना है। तो यह जो आप दूजा नाम देखिए इनू कहा जाता है जी HD 3226 कणक की नवी वरायटी है तो ये प्रोटीन से ग्लूटेन की जी मात्रा है काफ़ी ज़्यादा हाई है। देखो जो ये ग्लूटेन होंगे ना यह कणक के मिलता है ज़्यादातर तो यह मतलब यही होंगे ये ना प्रोटीन का मिक्सचर हों बेसिकली दो या तीन प्रोटीन का मिक्सचर हों जिदे करके अपने जो कणक का आटा होंगे आटे का जो पेड़ा आप रोटी खाते हैं वो इन्नी ज़्यादा इलास्टिसिटी कि करके आँदी है वह इस ग्लूटेन करके आँदी है। तो जी नवी कणक की वरायटी है ये जो ये ग्लूटेन के प्रोटीन का लैवल है ये काफ़ी ज़्यादा है मतलब जी रोटी आप खाने वो होर भी स्वाद बनूगी इस नवी कणक की वरायटी के नाल यह अपनी ए यूनिवर्सिटी कहती है मैं नहीं कहता क्योंकि मैं तो हाले खाधी नहीं रोटी बनी हुई थी। तो यह जी अपनी नवी कणक की वरायटी हैगी फंगाई रजिस्टेंट हैगी कई तरह के जो फंगस ने गे उन्हों तो रजिस्टेंस हैगी जिमें कि येलो स्ट्राइप ब्राउन लीफ से ब्लैक स्टैम फंगस है। तो यदि जी मैच्योरेशन पीरियड है भी किन्ने दिनों के कणक पूरी तरीके उग जाती है तो हार्वेस्टिंग के लिए तैयार रही है वो है जी 150 दिन के कणक पूरी अपने मैच्योरिटी पीरियड के आ जाती है यानी कि मार्च महीने के एंड तक यह हार्वेस्टिंग के योग बन जाती है। जे आप ऑर्डिनरी होर कणक की वरायटी की गल करिए तो यह 10-15 दिन पहला ही कंप्लीट हो जाती है अपनी मैच्योरिटी जी ड्यूरेशन है उन्होंने अचीव कर लेंदी है। सो अपना जोड़े भी किसान भीर ने वह एक्सपैरीमेंट करके देख सकते हैं इस नवी कणक की वरायटी का किले दो किले चला के देख लो जे तो यील्ड वधिया ही तो अगली बार इन्हू फिर बीज के देख लो। सो आप तो यही कह सकते हैं। अगली न्यूज़ आ गई फ्राइडेज फॉर फ्यूचर की चीज़ है बेसिकली 20 सितंबर तो 27 सितंबर तक जोड़ा यह कैंपेन है फ्राइडेज फॉर फ्यूचर यह ग्लोबल क्राइमेट स्ट्राइक मार्क करे कि US के न्यूयॉर्क विखे उत्थे यह की है। देखो न्यूयॉर्क विखे क्लाइमेट एक्शन समिट ऑर्गेनाइज होना है ठीक है 23 सितंबर जिन्हों मतलब उद्घाटन किया अपने UN के सैकटरी जनरल एंटोनियो गटर्स ने ते इत्थे ग्लोबल क्लाइमेट एमरजेंसी एड्रैस की जाएगी तो उहदे नाल नाल यह जी ग्लोबल क्लाइमेट स्ट्राइक हैगी यह ऑर्गेनाइज की जाएगी ठीक है की जा रही है चल रही है न्यूयॉर्क विखे। हुण आपां इहदे बारे गल करिए जे फ्राइडेज फॉर फ्यूचर यह हैगा की है बेसिकली यह एक मूवमेंट हैगी अगस्त 2018 पिछले साल तो यह मूवमेंट चल रही है एक 15 साल की बच्ची द्वारा वह नाम है ग्रेटा थनबर्ग यह जी बच्ची हैगी रीसेंटली थोड़े समय पहला ही एक अवार्ड के नाल सन्मानित किया गया सी। मैं तुहाडे तो एक क्वेश्चन पूछना चाहना वह किहड़ा इंपोर्टेंट अवार्ड है जिहदे नाल इस 15 साल की बच्ची सन्मानित किया गया वह नाम कमेंट बॉक्स के लिखो। सो यह बच्ची बच्ची बेसिकली स्वीडन कंट्री है जी अपनी यूरोपियन कंट्री हैगी उतों की रहने वाली है यह बच्ची। तो यह बच्ची जी अपने क्लाइमेट चेंज हो रहा है उन्होंने लैके काफ़ी चिंता जाए तो यह सारे कितने यह मैसेज स्प्रैड कर दी है। तो इन्हें ही यह मूवमेंट चलाई सी अगस्त 2018 के अपनी जी स्वीडन यी कंट्री हैगी स्वीडन वो पार्लीमेंट है
ਉਹਨੂੰ ਇਹ ਦੱਸਣਾ ਚਾਹੁੰਦੀ ਹੈ ਆਪਦੇ ਸਕੂਲ ਦੇ ਵਿੱਚ ਇਹ ਰੋਜ਼ 3 ਹਫ਼ਤਿਆਂ ਤੱਕ ਧਰਨੇ ਤੇ ਬਹਿੰਦੀ ਰਹੀ, ਪ੍ਰੋਟੈਸਟ ਕਰਦੀ ਰਹੀ, ਤਾਂ ਕਿ ਜਿਹੜੇ ਕਲਾਈਮੇਟ ਚੇਂਜ ਕਰਕੇ ਕ੍ਰਾਈਸਿਸ ਹੋ ਰਹੇ ਨੇ ਉਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰੋਪਰ ਐਕਸ਼ਨ ਲਿਆ ਜਾਵੇ ਆਪਣੀ ਸਵੀਡਨ ਸਰਕਾਰ ਦੁਆਰਾ, ਇਹਨਾਂ ਦੀ ਸਰਕਾਰ ਦੁਆਰਾ। ਤੇ 8 ਸਤੰਬਰ ਨੂੰ ਇਹਨੇ ਡਿਸਾਈਡ ਕੀਤਾ ਵੀ ਹਰੇਕ ਆਪਣੇ ਜਿਹੜੇ ਸ਼ੁੱਕਰਵਾਰ ਹੋਊਗਾ, ਆਪਣੇ ਹਰੇਕ ਹਫ਼ਤੇ ਦਾ ਦਿਨ ਸ਼ੁੱਕਰਵਾਰ ਹੋਊਗਾ, ਉਦੋਂ ਇੱਕ ਸਟ੍ਰਾਈਕ ਕੀਤੀ ਜਾਊਗੀ ਸਵੀਡ, ਤਾਂ ਕਿ ਜਿਹੜੀ ਸਵੀਡਿਸ਼ ਜਿਹੜੀ ਆਪਣੀ ਪਾਰਲੀਮੈਂਟ ਹੈ ਇਹ ਆਪਣੀ ਪਾਲਿਸੀ ਦੇ ਵਿੱਚ ਸੁਧਾਰ ਕਰ ਸਕਣ, ਤਾਂ ਕਿ ਜਿਹੜਾ ਪੈਰਿਸ ਕਲਾਈਮੇਟ ਐਗਰੀਮੈਂਟ ਹੈ ਉਹਦੇ ਵਿੱਚ ਇਹ ਕਿਹਾ ਹੈਗਾ ਵੀ ਆਪਣਾ ਜਿਹੜਾ ਗਲੋਬਲ ਐਵਰੇਜ ਟੈਂਪਰੇਚਰ ਹੈ ਉਹ 2 ਡਿਗਰੀ ਤੋਂ ਆਪਾਂ ਨੇ ਨੀਚੇ 2 ਡਿਗਰੀ ਤੋਂ ਵੱਧ ਨਹੀਂ ਦੇਣਾ, ਤੇ ਕੋਸ਼ਿਸ਼ ਇਹ ਕਰਨੀ ਹੈ ਵੀ 1.5 ਡਿਗਰੀ ਤੱਕ ਉਹਨੂੰ ਲੈ ਕੇ ਆਈਏ, ਇੱਥੇ ਤੱਕ ਉਹਨੂੰ ਕੰਟਰੋਲ ਕਰਨਾ ਹੈ। ਤੇ ਜੇ ਏਦਾਂ ਹੀ ਚੱਲਦਾ ਰਿਹਾ ਤਾਂ ਟੈਂਪਰੇਚਰ ਧਰਤੀ ਦਾ ਜਿਹੜਾ ਆਪਣਾ ਐਵਰੇਜ ਟੈਂਪਰੇਚਰ ਵੱਧ ਜੂਗਾ ਤੇ ਕਈ ਆਈਲੈਂਡ ਕੰਟਰੀਜ਼ ਨੇ ਉਹ ਸਮੁੰਦਰ ਦੇ ਵਿੱਚ ਡੁੱਬ ਜਾਣਗੀਆਂ, ਇੰਨਾ ਜ਼ਿਆਦਾ ਖਤਰਾ ਬਣਿਆ ਹੋਇਆ ਕਲਾਈਮੇਟ ਚੇਂਜ ਕਰਕੇ। ਤੇ ਇਹ ਮੂਵਮੈਂਟ ਹੁਣ ਇੰਨੀ ਜ਼ਿਆਦਾ ਪਾਪੂਲਰ ਹੋ ਗਈ, ਹਰੇਕ ਇੰਟਰਨੈਸ਼ਨਲੀ ਇਸ ਮੂਵਮੈਂਟ ਨੂੰ ਕਾਫੀ ਜ਼ਿਆਦਾ ਬੂਸਟ ਮਿਲਿਆ, ਹਰੇਕ ਕੰਟਰੀ ਦੇ ਕਾਫੀ ਕੰਟਰੀ ਦੇ ਸਕੂਲ ਦੇ ਬੱਚੇ ਨੇਗੇ ਉਹਨਾਂ ਨੇ ਇਸ ਮੂਵਮੈਂਟ ਦੇ ਵਿੱਚ ਭਾਗ ਲੈਣਾ ਸ਼ੁਰੂ ਕਰਤਾ, ਤਾਂ ਕਿ ਜਿਹੜੇ ਕਲਾਈਮੇਟ ਐਕਸ਼ਨ ਹੈ ਉਹਨੂੰ ਰੋਕਿਆ ਜਾਵੇ ਤੇ ਇਹ ਮੈਸੇਜ ਸਾਰੇ ਕਿਤੇ ਸਪਰੈਡ ਕੀਤਾ ਜਾਵੇ, ਇਹ ਸਾਰਾ ਇਸ ਮੂਵਮੈਂਟ ਬਾਰੇ। ਹੁਣ ਜਿਹੜੀ ਇਹ ਬੱਚੀ ਹੈਗੀ ਗ੍ਰੇਟਾ ਥੈਨਬਰਗ, ਇਹਨੇ ਥੋੜੇ ਦਿਨ ਪਹਿਲਾਂ ਬਹੁਤ ਹੀ ਵਧੀਆ ਤੇ ਇਮੋਸ਼ਨਲ ਸਪੀਚ ਦਿੱਤੀ ਸੀਗੀ, ਮੈਂ ਉਹ ਸਪੀਚ ਇਹਦੀ ਤੁਹਾਨੂੰ ਸੁਣਾਉਣਾ ਚਾਹੁੰਦਾ, ਜੇ ਸਰਕਾਰਾਂ ਨੇ ਸੁਣਦੀਆਂ ਆਪਾਂ ਤਾਂ ਸੁਣ ਸਕਦੇ ਹਾਂ, ਆਪਾਂ ਨੂੰ ਤਾਂ ਜਾਗਰੂਕ ਹੋਣਾ ਚਾਹੀਦਾ, ਆਪਾਂ ਨਾਗਰਿਕ ਆ, ਕਲਾਈਮੇਟ ਆਪਾਂ ਪੋਲੂਸ਼ਨ ਦੇ ਵਿੱਚ ਆਪਾਂ ਵੀ ਓਨਾ ਹੀ ਜ਼ਿਆਦਾ ਯੋਗਦਾਨ ਪਾ ਰਿਹਾ, ਸੋ ਆਪਾਂ ਨੂੰ ਸਾਰਿਆਂ ਨੂੰ ਉਹ ਸਪੀਚ ਇਹਦੀ ਸੁਣਨੀ ਚਾਹੀਦੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਉਣਾ ਚਾਹੁੰਦਾ। This is all wrong. I shouldn't be up here. I should be back in school on the other side of the ocean. Yet you all come to us young people for hope. How dare you? You have stolen my dreams and my childhood with your empty words, and yet I'm one of the lucky ones. People are suffering, people are dying, entire ecosystems are collapsing. We are in the beginning of a mass extinction, and all you can talk about is money and fairy tales of eternal economic growth. How dare you? ਸੋ ਇਹ ਸਾਰੇ ਆਪਾਂ ਨੂੰ ਸੋਚਣ ਦੀ ਲੋੜ ਹੈ, ਕਲਾਈਮੇਟ ਜਿਹੜਾ ਚੇਂਜ ਹੋ ਰਿਹਾ ਬਹੁਤ ਹੀ ਵੱਡਾ ਖਤਰਾ ਹੈ, ਆਪਾਂ ਨੂੰ ਹੁਣ ਫਿਲਹਾਲ ਦੀ ਘੜੀ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਬਟ ਲੌਂਗ ਟਰਮ ਜਦੋਂ ਆਪਣਾ ਸਮਾਂ ਲੰਘਦਾ ਜਾਊਗਾ ਤਾਂ ਇਹ ਗੱਲਾਂ ਆਪਣੇ ਸਾਰਿਆਂ ਦੇ ਉਦੋਂ ਸਾਹਮਣੇ ਆਉਣਗੀਆਂ। ਸੋ ਮੇਰੀ ਵੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਇਸ ਚੀਜ਼ ਦੇ ਵਿੱਚ ਜਿੰਨਾ ਹੋ ਸਕੇ ਓਨਾ ਜ਼ਿਆਦਾ ਯੋਗਦਾਨ ਪਾ ਸਕਦੇ ਹਾਂ, ਤੇ ਕਲਾਈਮੇਟ ਚੇਂਜ ਯਾਨੀ ਕਿ ਪੋਲੂਸ਼ਨ ਨੂੰ ਆਪਾਂ ਜਿੰਨਾ ਹੋ ਸਕੇ ਘੱਟ ਤੋਂ ਘੱਟ ਕੌਜ਼ ਕਰੀਏ। ਲਾਸਟ ਵਿੱਚ ਅੱਜ ਦੇ ਬੁਲੇਟਿਨ ਨਿਊਜ਼ ਦੇਖਦੇ ਹਾਂ ਆਪਾਂ। ਪਹਿਲੀ ਆਪਣੀ ਇੰਡੀਆ ਦੀ ਇੱਕ ਫਿਲਮ ਹੈ, ਉਹਦਾ ਨਾਮ ਹੈਗਾ ਮੋਤੀ ਬਾਗ, ਇਹਨੂੰ ਆਸਕਰ ਦੇ ਵਿੱਚ ਨੋਮੀਨੇਟ ਕੀਤਾ ਗਿਆ। ਉਸ ਤੋਂ ਬਾਅਦ ਆਈਫਾ ਅਵਾਰਡ 2019 ਅਨਾਊਂਸ ਕੀਤੇ ਗਏ ਨੇ, ਇਹਦੇ ਵਿੱਚ ਬੈਸਟ ਐਕਟਰ ਦਾ ਅਵਾਰਡ ਮਿਲਿਆ ਜੀ ਰਣਵੀਰ ਸਿੰਘ, ਬਹੁਤ ਹੀ ਵਧੀਆ ਐਕਟਰ ਨੇਗੇ ਪਦਮਾਵਤ ਮੂਵੀ ਦੇ ਲਈ, ਬੈਸਟ ਐਕਟਰਸ ਆਲੀਆ ਭੱਟ ਰਾਜ਼ੀ ਮੂਵੀ ਦੇ ਲਈ, ਬੈਸਟ ਡਾਇਰੈਕਟਰ ਸ੍ਰੀ ਰਾਮ ਰਾਘਵਨ ਅੰਧਾਧੁੰਦ ਮੂਵੀ ਦੇ ਲਈ, ਤੇ ਬੈਸਟ ਫਿਲਮ ਕਿਹੜੀ ਆ ਉਹ ਹੈਗੇ ਜੀ ਰਾਜ਼ੀ। ਅਗਲੀ ਨਿਊਜ਼ ਆ ਗਈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਵੇਂ ਅਮਰੀਕਾ ਦੇ, ਉਹਨਾਂ ਦਾ ਨਾਮ ਕੀ ਹੈ, ਉਹ ਹੈਗਾ ਜੀ ਰਾਬਰਟ ਓਬਰਾਇਨ। ਜਿਹੜੇ ਇਹਨਾਂ ਦੇ ਪੁਰਾਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੁੰਦੇ ਸੀਗੇ ਉਹਨਾਂ ਨਾਮ ਸੀਗਾ ਜੌਨ ਬੋਲਟਨ, ਉਹਨਾਂ ਨੂੰ ਡੋਨਲਡ ਟਰੰਪ ਨੇ ਫਾਇਰ ਕਰਤਾ ਸੀਗਾ, ਕੱਢਤਾ ਸੀਗਾ, ਤਾਂ ਕਰਕੇ ਇਹ ਨਵੇਂ ਅਪੁਆਇੰਟ ਕੀਤੇ ਨੇ। ਦੇਖੋ ਅਮਰੀਕਾ ਦੀਆਂ ਇਹ 2-3 ਪੋਸਟਾਂ ਨੇਗੀਆਂ ਬਹੁਤ ਇੰਪੋਰਟੈਂਟ ਨੇ, ਇਹਨਾਂ ਦੇ ਨਾਮ ਯਾਦ ਰੱਖਿਆ ਕਰੋ। ਇੱਕ ਤਾਂ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋ ਗਿਆ, ਦੂਸਰਾ ਇਹਨਾਂ ਦਾ ਸੈਕਟਰੀ ਆਫ ਸਟੇਟ ਉਹ ਮੌਜੂਦਾ ਕੌਣ ਹੈ ਉਹ ਕਮੈਂਟ ਬਾਕਸ ਦੇ ਵਿੱਚ ਲਿਖੋ, ਤੇ ਇੱਕ ਇਹਨਾਂ ਦਾ ਹੋਰ ਹੁੰਦਾ ਡਿਫੈਂਸ ਸੈਕਟਰੀ। ਇਹ 3 ਪੋਸਟਾਂ ਦਾ ਤੁਸੀਂ ਯਾਦ ਰੱਖਿਆ ਹੀ ਕਰੋ, ਬਹੁਤ ਇੰਪੋਰਟੈਂਟ ਹੁੰਦੀਆਂ ਨੇ। ਅੱਗੇ ਇੱਕ ਕਮੇਟੀ ਕ੍ਰੀਏਟ ਕੀਤੀ ਗਈ ਹੈ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਦੁਆਰਾ, ਔਨ ਸੋਸ਼ਲ ਸਿਕਿਉਰਿਟੀ ਐਕਸਚੇਂਜ, ਇਹਦੀ ਚੇਅਰਮੈਨਸ਼ਿਪ ਦੇ ਅੰਡਰ ਇਸ਼ਾਦ ਹੁਸੈਨ। ਅੱਗੇ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ ਹੈ, ਉਹਦਾ ਨਾਮ ਹੈਗਾ ਤਤਪਰ। ਦਿੱਲੀ ਪੁਲਿਸ ਦੁਆਰਾ ਇਹ ਐਪ ਲਾਂਚ ਕੀਤੀ ਗਈ ਹੈ, ਸਿਟੀਜ਼ਨ ਸੈਂਟ੍ਰਿਕ ਸਰਵਿਸ ਦੇਣ ਦੇ ਲਈ ਲੋਕਾਂ ਨੂੰ ਸੁਰੱਖਿਆ ਤੇ ਸੁਵਿਧਾ ਨਿਸ਼ਚਿਤ ਕਰਾਈ ਜਾਵੇ, ਦਿੱਲੀ ਪੁਲਿਸ ਦੁਆਰਾ ਇਹ ਐਪ ਲਾਂਚ ਕੀਤੀ ਗਈ ਹੈ। ਅੱਗੇ ਇੱਕ ਕਿਤਾਬ ਰਿਲੀਜ਼ ਕੀਤੀ ਗਈ, ਉਹਦਾ ਨਾਮ ਹੈਗਾ ਬੀਇੰਗ ਗਾਂਧੀ। ਇਸ ਕਿਤਾਬ ਨੂੰ ਲਿਖਿਆ ਜੀ ਪਾਰੋ ਆਨੰਦ ਨੇ, ਬਹੁਤ ਇੰਪੋਰਟੈਂਟ ਬੁੱਕ ਹੈ ਕਿਉਂਕਿ ਮਹਾਤਮਾ ਗਾਂਧੀ ਦਾ 150 ਬਰਥ ਐਨਵਰਸਰੀ ਲੰਘ ਕੇ ਹਟੀ ਹੈ। ਅਗਲੀ ਨਿਊਜ਼ ਆ ਗਈ ਫਸਟ ਐਵਰ ਟ੍ਰਾਈ ਸਰਵਿਸਿਸ ਐਕਸਰਸਾਈਜ਼। ਟ੍ਰਾਈ ਸਰਵਿਸ ਦਾ ਭਾਵ ਹੁੰਦਾ ਹੈ ਆਪਣੀ ਆਰਮੀ, ਆਪਣੀ ਨੇਵੀ ਤੇ ਆਪਣੀ ਏਅਰਫੋਰਸ, ਇਹ ਤਿੰਨੇ ਮਿਲ ਕੇ ਕਿਸੇ ਐਕਸਰਸਾਈਜ਼ ਦੇ ਵਿੱਚ ਭਾਗ ਲੈਣ, ਉਹਨੂੰ ਕਹਿੰਦੇ ਨੇ ਜੀ ਟ੍ਰਾਈ ਸਰਵਿਸ। ਟ੍ਰਾਈ ਲੇਟਰਲ ਦਾ ਮਤਲਬ ਹੁੰਦਾ 3 ਕੰਟਰੀਜ਼ ਦੀ ਕੋਈ ਸਾਂਝੀ ਐਕਸਰਸਾਈਜ਼, ਬਟ ਟ੍ਰਾਈ ਸਰਵਿਸ ਦਾ ਮਤਲਬ ਕਿਸੇ ਕੰਟਰੀ ਦੀ ਜਿਹੜੀ 3 ਫੋਰਸਿਸ ਹੋ ਗਈਆਂ ਆਰਮੀ, ਏਅਰਫੋਰਸ ਤੇ ਨੇਵੀ, ਉਹਨਾਂ ਦੀ ਮਿਲ ਕੇ ਐਕਸਰਸਾਈਜ਼। ਸੋ ਮਤਲਬ ਇਹ ਐਕਸਰਸਾਈਜ਼ ਕਿਸੇ 2 ਕੰਟਰੀ ਦੇ ਵਿੱਚ ਹੈ, ਉਹਦਾ ਨਾਮ ਹੈਗਾ
ਦਾ ਟਾਈਗਰ ਟਰੰਪ ਇਸ ਐਕਸਰਸਾਈਜ਼ ਦਾ ਨਾਮ ਹੈਗਾ ਟਾਈਗਰ ਟ੍ਰਾਇੰਫ ਟ੍ਰਾਇੰਫ ਦਾ ਮਤਲਬ ਹੁੰਦਾ ਵਿਕਟਰੀ ਤੇ ਇਹ ਐਕਸਰਸਾਈਜ਼ ਇੰਡੀਆ ਤੇ ਯੂਐਸਏ ਵਿਖੇ ਕੰਡਕਟ ਕਰਵਾਈ ਜਾਊਗੀ ਆਪਣੀ ਨਵੰਬਰ ਮਹੀਨੇ ਵਿਖੇ ਲਾਸਟ ਨਿਊਜ਼ ਗੂਗਲ ਨੇ ਇੱਕ ਨਵੀਂ ਆਰਟੀਫਿਸ਼ਲ ਇੰਟੈਲੀਜੈਂਸ ਲੈਬ ਜਿਹਦਾ ਨਾਮ ਹੈਗਾ ਗੂਗਲ ਸਰਚ ਇੰਡੀਆ ਇਹ ਓਪਨ ਕੀਤੀ ਹੈ ਕਿੱਥੇ ਬੈਂਗਲੁਰੂ ਵਿਖੇ ਸੋ ਇਹ ਸੀ ਸਾਰਾ ਆਪਣਾ ਅੱਜ ਦਾ ਐਨਾਲਿਸਿਸ ਮਿਲਦਾ ਕੱਲ੍ਹ ਦੇ ਨਿਊਜ਼ ਦੇ ਨਾਲ ਧੰਨਵਾਦ